ਦਾ ਇੰਜੋਇਮੈਂਟ ਕਰਨ ਆਏ ਸੀਗੇ, ਵਧੀਆ ਇੰਜੋਇਮੈਂਟ ਹੋ ਰਿਹਾ ਸੀ। ਅਸੀਂ ਕਰ ਰਹੇ ਸੀ ਇੰਜੋਇਮੈਂਟ, ਇਹਨਾਂ ਨੇ ਸਾਡੇ ਡਾਂਗਾ ਮਾਰੀਆਂ ਪੰਜਾਬ ਪੁਲਿਸ ਨੇ। ਅੰਮ੍ਰਿਤਸਰ ਦੀ ਪੰਜਾਬ ਪੁਲਿਸ ਜਿਹੜੀ 12 ਵਜੇ ਇਹਨਾਂ ਨੇ ਸਾਡੇ ਯੂਰ ਨਾਲ ਧੱਕੇ ਮਾਰੇ। ਇਹ ਭਰਤੀ ਹੋ ਗਏ ਨੇ ਪੰਜਾਬ ਪੁਲਿਸ ਚ, ਇਹਨਾਂ ਧੱਕੇ ਮਾਰਨ ਦੀ ਲੋੜ ਹੀ ਨਹੀਂ ਹੈ। ਬੰਦਾ ਮਰ ਜੇ ਕੌਣ ਜ਼ਿੰਮੇਵਾਰ? ਤੁਹਾਡੇ ਵੱਲੋਂ ਰੋਲਾ ਰੱਪਾ ਪਾਇਆ ਜਾ ਰਿਹਾ ਸੀ? ਨਹੀਂ, ਰੋਲਾ ਰੱਪਾ ਨਹੀਂ ਪਾਇਆ। ਡਾਂਗਾ ਮਾਰਨੀ ਗਲਤ ਗੱਲ ਆ। ਡਾਂਗਾ ਮਾਰ ਇਹਨਾਂ ਨੇ ਭਾਜੀ ਮੇਰੇ ਲੱਤ ਦੇ ਵਿੱਚ ਡਾਂਗ ਮਾਰੀ। ਲੱਤ ਕੋਣ ਜ਼ਿੰਮੇਵਾਰ? ਜੇ ਕੋਈ ਬੰਦਾ ਮਾਰ ਜੇ ਕੋਣ ਜ਼ਿੰਮੇਵਾਰ ਦੱਸੋ? ਇਹ ਤੇ ਮਲਾਈ ਜ਼ਿੰਮੇਵਾਰ ਆ ਬਾਈ ਚਾਂਸ ਭਾਈ ਜੀ, ਮਲਾਈ ਜ਼ਿੰਮੇਵਾਰ ਦੱਸੋ ਪਹਿਲਾਂ। ਹੈ ਭਾਜੀ, ਇਹ ਪੰਜਾਬ ਪੁਲਿਸ ਭਰਤੀ ਹੋ ਕੇ ਧੱਕੇ ਮਾਰ ਰਹੇ ਹਨ। ਪਰ ਭਾਜੀ ਤੁਹਾਡੇ ਵੱਲੋਂ ਸ਼ਰਾਬ ਪੀ ਕੇ? ਭਾਜੀ ਆ ਮੈਂ ਸ਼ਰਾਬ ਕੋਈ ਪੀਤੀ ਨਹੀਂ ਆ। ਪਰ ਉੱਚੀ ਉੱਚੀ ਗਾਣੇ ਲਗਾ ਕੇ ਹੋਰ ਕੋਈ ਮੁੰਡੇ ਵੀਰ ਸਾਡੇ ਕੋਲ ਕੁਝ ਨਹੀਂ ਹੈਗਾ ਜਿਹੜੇ ਅਸੀਂ ਗਾਣੇ ਲਗਾ ਲਈਏ। ਸਾਡੀ ਕੋਈ ਲਾਠੀ ਚਾਰਜ ਨਹੀਂ ਕੀਤਾ, ਹੁੱਲੜਬਾਜੀ ਗਈ। ਉਹਨਾਂ ਸਮਝਾਇਆ ਗਿਆ ਕਿ ਕੋਈ ਵੀ ਹੁੱਲੜਬਾਜੀ ਨਹੀਂ, ਆਪਣੇ ਪਿਆਰ ਨਾਲ ਮਨਾਓ। ਨਵਾਂ ਸਾਲ ਆਉਣ ਵਾਲਾ, ਕੁਛ ਮਿੰਟ ਰਹਿ ਗਏ ਇੰਸਟੈਂਟ ਆਪਣੇ ਨਵੇਂ ਸਾਲ ਚੜ੍ਹਨ ਨੂੰ, ਅਤੇ ਪਿਆਰ ਨਾਲ ਮਨਾਈਏ। ਇੱਥੇ ਫੈਮਲੀਆਂ ਵੀ ਜਾ ਰਹੀਆਂ, ਅਸੀਂ ਸਾਰਿਆਂ ਨੂੰ ਇਹੀ ਸਮਝਾ ਰਹੇ ਹਾਂ, ਬੱਚਿਆਂ ਨੂੰ ਵੀ, ਕਿ ਕੋਈ ਵੀ ਹੁੱਲੜਬਾਜੀ ਇਹੋ ਜਿਹੀ ਨਾ ਕਰੋ ਕਿ ਜਿਹੜੀ ਦਿੱਕਤ ਆਵੇ ਸਾਨੂੰ। ਨਵੇਂ ਸਾਲ ਦੀ ਅਸੀਂ ਇਹੀ ਕਹਾਂਗੇ, ਸਭ ਦੇ ਵਾਸਤੇ ਖੁਸ਼ੀਆਂ ਭਰਿਆ ਆਵੇ, ਵਧੀਆ ਵਧੀਆ ਨਵਾਂ ਸਾਲ ਸਾਰਿਆਂ ਵਾਸਤੇ ਚੜਿਆ ਜੀ। ਜੇ ਕੋਈ ਹੁੱਲੜਬਾਜੀ ਕਰਦਾ, ਸ਼ਰਾਰਤੀ ਅੰਸਰ ਦੇਖਦਾ, ਉਹਨਾਂ ਲਈ ਕੀ ਕਰ? ਉਹਨਾਂ ਲਈ ਫਿਰ ਪੂਰੀ 27 ਵਰਤੀ ਜਾਊਗੀ ਜੀ, ਜੋ ਕੋਈ ਹੁੱਲੜਬਾਜੀ ਕਰਦਾ ਤਾਂ।